ਸਾਨੂੰ ਮੌਕਾ ਮਿਲਿਆ ਔਰ ਫੈਸਿਲਿਟੀ ਸਾਨੂੰ ਇੱਥੇ ਤਿਆਰ ਕਰਨ ਦੀ ਲੋੜ ਨਹੀਂ ਪਈ ਔਰ ਸ਼ਾਇਦ ਮੈਂ ਕਹਾਂਗਾ ਕਿ ਇਹ ਸਾਡਾ ਸਭ ਤੋਂ ਵਧੀਆ ਸੈਂਟਰ ਹੋਏਗਾ ਜਿਹਦੇ ਵਿੱਚ ਲਾਈਟਸ ਵੀ ਹੈ ਅਤੇ ਇੱਥੇ ਕਾਫੀ ਮੈਚਿਸ ਵੀ ਕਰਵਾ ਸਕਦੇ ਡੇ ਨਾਈਟ ਵੀ ਮੈਚ ਕਰਵਾ ਸਕਦੇ ਅਤੇ ਕੋਸ਼ਿਸ਼ ਇਹੀ ਹੈ ਕਿ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਅਸੀਂ ਇਹਨੂੰ ਹੋਰ ਗਰੋ ਕਰਦੇ ਜਾਈਏ ਨਾਟ ਜਸਟ ਇਨ ਪੰਜਾਬ ਬਟ ਐਵਰੀਵੇਅਰ ਵੇਰੇਵਰ ਬਹੁਤ ਲੇਟ ਗਿਆ ਜੀ ਉਹਦਾ ਨਾਮ ਜੇ ਨਾਮ ਠੀਕ ਟਾਈਮ 'ਤੇ ਗਿਆ ਹੁੰਦਾ ਤਾਂ ਸ਼ਾਇਦ ਅਵਾਰਡ ਵੀ ਮਿਲ ਜਾਂਦਾ ਪਰ ਦੇਖੀਏ ਮੇਰਾ ਕੰਮ ਸੀ ਖੇਲਣਾ ਔਰ ਮੈਂ ਜਿੰਨਾ ਖੇਲਿਆ ਬੜੇ ਉਹਦੇ ਨਾਲ ਖੇਲਿਆ ਦਿਲ ਨਾਲ ਔਰ ਬਾਕੀ ਡਿਪਾਰਟਮੈਂਟ ਦੇ ਕੰਮ ਹੁੰਦੇ ਆ ਕਿ ਕਦੋਂ ਫਾਈਲ ਜਾਣੀ ਚਾਹੀਦੀ ਕਦੋਂ ਨਹੀਂ ਓਬਵੀਅਸਲੀ ਉਹਦੇ ਵਿੱਚ ਕੁਛ ਅਣਦੇਖੀ ਹੋਈ ਔਰ ਮਿਨਿਸਟਰ ਸਾਹਿਬ ਨੇ ਵੀ ਕਿਹਾ ਸੀਗਾ ਕਿ ਇਹਦੇ ਬਾਰੇ ਗੱਲ ਕੀਤੀ ਜਾਵੇਗੀ ਹੁਣ ਕਿੰਨਾ ਗੱਲ ਹੋਈ ਕਿੰਨੀ ਗੱਲ ਹੋਈ ਮੈਂ ਨਹੀਂ ਜਾਣਦਾ ਬਟ ਮੇਰੇ ਨਾਲ ਹੋ ਗਿਆ ਕੋਈ ਗੱਲ ਨਹੀਂ ਬਟ ਅੱਗੇ ਕਿਸੇ ਹੋਰ ਪਲੇਅਰ ਦੇ ਨਾਲ ਨਹੀਂ ਹੋਣਾ ਚਾਹੀਦਾ ਬਾਬੇ ਦਾ ਮੈਨੂੰ ਦਿਲ ਤਾਂ ਬਹੁਤ ਖੁਸ਼ ਹੈ ਅਵਾਰਡ ਲੈ ਕੇ ਮੈਂ ਬਹੁਤ ਵੱਡਾ ਨਹੀਂ ਹੋ ਜਾਣਾ ਸੀ ਬਟ ਕਈ ਪਲੇਅਰ ਦੇ ਲਈ ਇਹ ਅਵਾਰਡ ਬੜੀ ਵੱਡੀ ਚੀਜ਼ ਹੋ ਸਕਦੀ ਸੀ ਅਤੇ ਮੈਂ ਸਰਕਾਰ ਨੂੰ ਇਹ ਦੁਆਰਾ ਕਹਾਂਗਾ ਕਿ ਕਿਸੇ ਵੀ ਪਲੇਅਰ ਲਈ ਅੱਗੇ ਕੋਈ ਅਕੈਡਮੀ ਦੀ ਗੱਲ ਕਰੋ ਰਵੀ ਸ਼ਾਸਤਰੀ ਦੀ ਬਣੀ ਗੱਲ ਸਾਰਿਆਂ ਦੇ ਧਿਆਨ ਆਉਣ ਦਾ ਕਿਉਂਕਿ ਬੜਾ ਵੱਡਾ ਦਿਨ ਹੈ ਸਾਡੇ ਸਾਰਿਆਂ ਦੇ ਲਈ ਕਿ ਅਸੀਂ ਇਸ ਅਕੈਡਮੀ ਦੇ ਨਾਲ ਜੁੜੇ ਹਾਂ ਡਾਕਟਰ ਸਾਹਿਬ ਨੇ ਸਾਨੂੰ ਮੌਕਾ ਦਿੱਤਾ ਕਿ ਇੰਨੀ ਵਧੀਆ ਫੈਸਿਲਿਟੀਜ਼ ਦੇ ਵਿੱਚ ਆ ਕੇ ਅਸੀਂ ਬੱਚਿਆਂ ਨੂੰ ਟ੍ਰੇਨ ਕਰ ਸਕਾਂਗੇ ਅਤੇ ਮੇਰੇ ਲਈ ਬੜੇ ਮਾਣ ਦੀ ਗੱਲ ਹੈ ਕਿ ਮੈਂ ਕੁਛ ਕ੍ਰਿਕਟ ਨੂੰ ਵਾਪਸ ਦੇ ਸਕਾਂ ਔਰ ਕ੍ਰਿਕਟ ਨੇ ਮੈਨੂੰ ਜ਼ਿੰਦਗੀ ਸਭ ਕੁਝ ਦਿੱਤਾ ਔਰ ਅੱਜ ਮੈਂ ਜੋ ਹਾਂ ਉਸ ਕ੍ਰਿਕਟ ਦੀ ਬਦੌਲਤ ਹਾਂ ਔਰ ਮੈਂ ਜ਼ਰੂਰ ਚਾਹਾਂਗਾ ਕਿ ਜੋ ਮੈਨੂੰ ਕੁਛ ਵੀ ਮਿਲਿਆ ਜਾਂ ਮੈਨੂੰ ਥੋੜ੍ਹੇ ਬਹੁਤ ਜੋ ਗੁਰ ਆਉਂਦੇ ਆ ਉਹ ਜ਼ਰੂਰ ਬੱਚਿਆਂ ਨੂੰ ਅਗਰ ਉਹਦੇ ਨਾਲ ਮਦਦ ਹੋ ਸਕਦੀ ਹੈ ਤਾਂ ਉਹ ਅੱਗੇ ਵਧਣ ਆਪਣਾ ਕੈਰੀਅਰ ਨੂੰ ਹੋਰ ਬੈਟਰ ਕਰ ਸਕਣ ਔਰ ਦੂਸਰੀ ਗੱਲ ਇਹ ਕਿ ਬੜੇ ਲੋਕ ਮੈਨੂੰ ਪੁੱਛਦੇ ਜਦੋਂ ਮੈਂ ਪੰਜਾਬ ਤੋਂ ਬਾਹਰ ਹੁੰਦਾ ਹਾਂ ਜਾਂ ਕਿਤੇ ਵੀ ਪੰਜਾਬ ਤੋਂ ਪਲੇਅਰ ਨਹੀਂ ਆ ਰਹੇ ਕ੍ਰਿਕਟ ਪਲੇਅਰ ਪਰ ਉਹ ਕਬੱਡੀ ਦੇ ਵੀ ਬੜੇ ਪਲੇਅਰ ਆਉਂਦੇ ਕੋਚ ਵੀ ਬੜੇ ਆਉਂਦੇ ਸੀਗੇ ਓਵਰਆਲ ਦੇਖੀਏ ਤਾਂ ਹਰਿਆਣਾ ਸਾਡੇ ਤੋਂ ਅੱਗੇ ਨਿਕਲ ਗਿਆ ਪੰਜਾਬ ਨੇ ਜਿਹੜੀਆਂ ਖੇਡਾਂ ਸੀਗੀਆਂ ਉਹ 'ਚ ਹਰਿਆਣਾ ਬਹੁਤ ਅੱਗੇ ਨਿਕਲ ਗਿਆ ਅਤੇ ਹੁਣੇ ਹੁਣੇ ਪੰਜਾਬ ਸਰਕਾਰ ਨੇ ਵੀ ਮੇਰੇ ਇੱਕ ਜੁੰਮਾ ਲਗਾਇਆ ਕਿ ਇੱਕ ਕਮੇਟੀ ਬਣਾਈ ਹੈ ਉਹਦੇ ਵਿੱਚ ਮੇਰੇ 5 ਮੈਂਬਰਾਂ ਦੇ ਵਿੱਚ ਚੁਣਿਆ ਗਿਆ ਕਿ ਪੰਜਾਬ ਦੀ ਓਵਰਆਲ ਸਪੋਰਟਸ ਨੂੰ ਕਿੱਦਾਂ ਉੱਪਰ ਲੈ ਕੇ ਜਾਏਗਾ ਅਤੇ ਇਹ ਵੀ ਇੱਕ ਮੁਹਿੰਮ ਹੈ ਕਿ ਜਿਹੜੀ ਅਸੀਂ ਅਕੈਡਮੀ ਦੇ ਥਰੂ ਕ੍ਰਿਕਟ ਨੂੰ ਉੱਪਰ ਲੈ ਕੇ ਆਉਣਾ ਕਿਉਂਕਿ ਜਦੋਂ ਮੈਂ ਕ੍ਰਿਕਟ ਖੇਡੀ ਸ਼ੁਰੂ ਕੀਤੀ ਸੀ ਮੇਰੇ ਕੋਲ ਫੈਸਿਲਿਟੀਜ਼ ਨਹੀਂ ਸੀ ਇਸ ਗਰਾਊਂਡ 'ਚ ਲਾਈਟ ਲੱਗੀਆਂ ਪਿਚਿਸ ਜਿਹੜੀਆਂ ਔਲਰੇਡੀ ਮਿਲਦੀਆਂ ਕੋਚਿਸ ਜਿਹੜੇ ਹੈ ਉਹ ਕੁਆਲੀਫਾਈਡ ਕੋਚਿਸ ਮਿਲਣ ਜਾਂ ਫਿਰ ਐਡਵਾਂਸ ਟ੍ਰੇਨਿੰਗ ਜਿਹੜੀ ਜਿਹਦੇ ਵਿੱਚ ਸਾਇੰਸ ਵੀ ਇਨਵੋਲਵ ਹੈ ਉਹ ਵਾਲੀ ਟ੍ਰੇਨਿੰਗ ਸਾਡੇ ਟਾਈਮ 'ਤੇ ਮੌਜੂਦ ਨਹੀਂ ਸੀ ਪਰ ਹੁਣ ਇਹ ਸਭ ਕੁਝ ਜਿਹੜਾ ਇੱਥੇ ਪ੍ਰੋਵਾਈਡ ਕੀਤਾ ਗਿਆ ਹੈ ਉਹਦੇ ਲਈ ਡਾਕਟਰ ਸਾਹਿਬ ਨੂੰ ਤਾਂ ਮੈਂ ਪਹਿਲਾਂ ਮੁਬਾਰਕਬਾਦ ਦੇਵਾਂਗਾ ਔਰ ਦੂਸਰਾ ਸ਼ੁਕਰਾਨਾ ਵੀ ਕਰਾਂਗਾ ਕਿ ਤੁਸੀਂ ਗੇਮ ਲਈ ਇੰਨਾ ਸੋਚ ਰਹੇ ਹੋ ਔਰ ਮੇਰੇ ਲਈ ਇਹ ਬੜੀ ਵੱਡੀ ਗੱਲ ਹੈ ਕਿ ਇਹਨਾਂ ਨੇ ਸਾਡੀ ਅਕੈਡਮੀ ਨੂੰ ਚੁਣਿਆ ਕਿ ਇੱਥੇ ਆ ਕੇ ਸਾਡੀ ਅਕੈਡਮੀ ਦੇ ਵਿੱਚੋਂ ਅਗਰ ਬੱਚੇ ਅਸੀਂ ਤਿਆਰ ਕਰਕੇ ਕੁਛ ਬੱਚੇ ਪੰਜਾਬ ਲਈ ਖੇਡਣ ਔਰ ਪੰਜਾਬ ਤੋਂ ਬਾਅਦ ਇੰਡੀਆ ਲਈ ਖੇਡਣ ਤਾਂ ਮੇਰੇ ਲਈ ਬੜੇ ਮਾਣ ਦੀ ਗੱਲ ਹੋਏਗੀ ਫਖਰ ਦੀ ਗੱਲ ਹੋਏਗੀ ਔਰ ਮੈਂ ਇਹ ਮੰਨ ਨਹੀਂ ਸਕਦਾ ਕਿ ਪੰਜਾਬ 'ਚ ਪਲੇਅਰ ਨਹੀਂ ਹੈ ਪੰਜਾਬ 'ਚ ਜ਼ਰੂਰ ਟੈਲੈਂਟ ਹੈ ਔਰ ਬਹੁਤ ਵੱਡਾ ਟੈਲੈਂਟ ਹੈ ਉਹਨੂੰ ਪਛਾਣਨ ਦੀ ਲੋੜ ਹੈ ਔਰ ਸ਼ਾਇਦ ਜਿਹੜੀਆਂ ਇੰਸਟੀਟਿਊਸ਼ਨ ਅਸੀਂ ਖੋਲ੍ਹ ਰਹੇ ਹਾਂ ਉਹ ਇਹੀ ਕੰਮ ਕਰਨਗੀਆਂ ਕਿ ਉਹ ਟੈਲੈਂਟ ਨੂੰ ਅਸੀਂ ਲੈ ਕੇ ਆਵਾਂਗੇ ਅੱਗੇ ਉਹਦੇ ਉੱਤੇ ਮਿਹਨਤ ਕਰਾਵਾਂਗੇ ਔਰ ਮੁੱਦਾ ਇੱਕ ਹੀ ਹੈ ਕਿ ਪਲੇਅਰ ਇੱਥੋਂ ਇੰਡੀਆ ਲਈ ਖੇਲਣ ਕੰਟਰੀ ਨੂੰ ਰਿਪ੍ਰਜੈਂਟ ਕਰਨ ਚਾਹੇ ਉਹ ਕ੍ਰਿਕਟ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਸਰਕਾਰ ਨੇ ਜਿਹੜੇ ਵੀ ਸਪੋਰਟਸ ਦੇ ਵਿੱਚ ਮੈਨੂੰ ਲਗਾਉਣਗੇ ਚਾਹੇ ਉਹ ਕਿਸੇ ਵੀ ਸਪੋਰਟਸ ਨੂੰ ਉੱਤੇ ਲੈ ਕੇ ਆਉਣ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਜਾਏਗੀ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਅਤੇ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਮੈਂ ਸ਼ੁਕਰਾਨਾ ਕਰਨਾ ਚਾਹੂੰ ਤੁਸੀਂ ਆਏ ਹੋ ਵੱਡੇ ਉਹਦੇ ਵਿੱਚ ਅਤੇ ਵੀ ਨੀਡ ਯੂਅਰ ਬਲੈਸਿੰਗ ਵੀ ਨੀਡ ਯੂਅਰ ਸਪੋਰਟ ਟੂ ਬੀ ਵਿਦ ਅਸ ਐਂਡ ਗਿਵ ਅਸ ਦ ਪਾਵਰ ਟੂ ਕੈਰੀ ਔਨ ਐਂਡ ਗੋ ਫੋਰਵਰਡ ਫਰੋਮ ਹੇਅਰ ਔਨ।